ਮੰਗਦਾ ਜਵਾਬ ਚਲਾਈ ਗਈ ਮੁਹਿੰਮ ਤਹਿਤ ਅੱਜ ਅਕਾਲੀ ਦਲ ਵੱਲੋਂ ਕਪੂਰਥਲਾ ਦੇ ਵਡਾਲਾ ਪਿੰਡ ਵਿੱਚ ਇੱਕ ਯੂਥ ਦੀ ਵਿਸ਼ਾਲ ਰੈਲੀ ਕੱਢੀ ਗਈ ਜਿਸ ਵਿੱਚ ਅਕਾਲੀ ਦਲ ਯੂਥ ਦੇ ਪੰਜਾਬ ਪ੍ਰਧਾਨ ਬੰਟੀ ਰੁਬਾਨਾ ਦੁਆਰਾ ਸ਼ਿਰਕਤ ਕੀਤੀ ਗਈ ਅਤੇ ਯੂਥ ਨੂੰ ਸੰਬੋਧਿਤ ਕੀਤਾ ਗਿਆ ਅਤੇ ਮੌਜੂਦਾ ਕੈਪਟਨ ਸਰਕਾਰ 'ਤੇ ਤਿੱਖੀ ਸ਼ਬਦ ਹਮਲੇ ਕੀਤੇ ਅਤੇ ਝੂਠੇ ਵਾਅਦੇ ਨਾ ਪੂਰੇ ਕਰਨ 'ਤੇ ਸਰਕਾਰ ਨੂੰ ਘੇਰਿਆ ਅਤੇ ਕੈਪਟਨ ਸਰਕਾਰ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਆਰੋਪ ਲਾਏ। ਇਸ ਮੌਕੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਅਤੇ ਯੂਥ ਅਕਾਲੀ ਦਲ ਦੇ ਹੋਰ ਵੀ ਸੀਨੀਅਰ ਲੀਡਰ ਮੌਜੂਦ ਸੀ। ਸਪੈਸ਼ਲ ਨਿਊਜ਼ ਪੰਜਾਬੀ ਦੇ ਪੱਤਰਕਾਰਾਂ ਦੀ ਖਾਸ ਕਵਰੇਜ। ਰਮਾਣਾ ਸਾਹਿਬ, ਸਭ ਤੋਂ ਪਹਿਲਾਂ ਇਹ ਜਿਹੜਾ ਤੁਹਾਡਾ ਕਾਰਮਾ ਹੈ ਯੂਥ ਮੰਗ ਦਾ ਜਵਾਬ, ਇਹਦਾ ਅਗਲਾ ਪੜਾਅ ਕੀ ਹੈ, ਕਿਸ ਤਰ੍ਹਾਂ ਤੁਸੀਂ ਹੁਣ ਬਾਕੀ ਸੂਬਾ ਕਵਰ ਕਰਨ? ਦੇਖੋ, ਹਰ ਹਲਕੇ 'ਚ ਰੈਲੀ ਕਰ ਰਹੇ ਹਾਂ। 3-4 ਰੈਲੀਆਂ ਇਹ ਤੋਂ ਪਹਿਲਾਂ ਹੋ ਗਈਆਂ। ਅੱਜ ਕਪੂਰਥਲਾ ਵਿਧਾਨ ਸਭਾ ਹਲਕੇ ਦੀ ਸੀ, ਇਸ ਤੋਂ ਅਗਲੀ ਮਾਨਸਾ, ਫਤਿਹਗੜ੍ਹ ਸਾਹਿਬ, ਲੰਬੀ, ਸਾਰੇ ਹਲਕੇ 1x1 ਅਸੀਂ ਕਵਰ ਕਰ ਰਹੇ ਹਾਂ। ਅਤੇ ਤੁਸੀਂ ਆਪ ਦੇਖ ਰਹੇ ਹੋ ਜਿਹੜਾ ਐਡਾ ਵੱਡਾ ਕਾਰਵਾਂ ਬਣਦਾ ਜਾ ਰਿਹਾ ਹੈ, ਜਿੰਨੀ ਵੱਡੀ ਗਿਣਤੀ 'ਚ ਨੌਜਵਾਨ ਇਕੱਤਰ ਹੋ ਕੇ ਰਸਤਿਆਂ 'ਚ ਸਵਾਗਤ ਕਰ ਰਹੇ ਹੈ ਅਤੇ ਰੈਲੀਆਂ 'ਚ ਹਾਜ਼ਰ ਹੋ ਰਹੇ ਹੈ। ਵੇਖੋ, ਇਹ ਮੇਰਾ ਸਵਾਗਤ ਨਹੀਂ ਜਾਂ ਮੈਨੂੰ ਸੁਣਨ ਨਹੀਂ ਆਏ, ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਨੂੰ ਸੁਣਨ ਆਏ ਹੈ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਦਾ ਸਵਾਗਤ ਹੋ ਰਿਹਾ, ਕਿਉਂਕਿ ਪੰਜਾਬ ਦਾ ਨੌਜਵਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲ ਬੜੀ ਆਸ ਨਾਲ ਦੇਖ ਰਿਹਾ, ਕਿਉਂਕਿ ਉਸ ਇਨਸਾਨ ਨੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਪਾ ਕੇ ਇੱਕ ਵਿਜ਼ਨ ਦਿੱਤਾ ਸੀ ਪੰਜਾਬ ਨੂੰ ਅਤੇ ਪੰਜਾਬ ਦੇ ਨੌਜਵਾਨਾਂ ਨੂੰ। ਚਲੋ, ਕਈ ਕਾਰਨਾਂ ਕਰਕੇ ਝੂਠਾ ਪ੍ਰਚਾਰ ਹੋਇਆ, ਸਾਰੀਆਂ ਪਾਰਟੀਆਂ ਨੇ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਕੇ 100 ਵਾਰ ਜਿਵੇਂ ਕਹਿੰਦੇ ਆ ਇੱਕ ਝੂਠ ਬੋਲੋ ਤਾਂ ਲੋਕ ਮੰਨਣ ਲੱਗ ਜਾਂਦੇ ਆ, ਸਾਡੀ ਸਰਕਾਰ ਗਈ। ਪਰ ਅੱਜ ਪੰਜਾਬ ਦਾ ਨੌਜਵਾਨ, ਖਾਸ ਤੌਰ 'ਤੇ ਕਿਉਂਕਿ ਯੂਥ ਮੰਗ ਦਾ ਜਵਾਬ ਰੈਲੀ ਹੈ, ਮੈਂ ਨੌਜਵਾਨਾਂ ਦੀ ਗੱਲ ਕਰ ਰਿਹਾ, ਅੱਜ ਪੰਜਾਬ ਦਾ ਨੌਜਵਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੁਬਾਰਾ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਸਰਕਾਰ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਖਣਾ ਚਾਹੁੰਦਾ ਅਤੇ ਜਿੱਡੀ ਵੱਡੀ ਗਿਣਤੀ 'ਚ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ ਅੱਜ ਹਾਜ਼ਰ ਹੋਏ ਹੈ ਕਪੂਰਥਲੇ ਹਲਕੇ 'ਚ, ਅੱਜ ਅਸੀਂ ਆਏ ਹਾਂ। ਮੈਂ ਯਕੀਨ ਨਾਲ ਕਹਿ ਸਕਦਾ ਤੁਹਾਨੂੰ ਵੀ ਇਸ ਗੱਲ ਦਾ ਵਿਸ਼ਵਾਸ ਹੋ ਗਿਆ ਹੋਊਗਾ ਕਿ ਆਉਣ ਵਾਲੇ 6-7 ਮਹੀਨਿਆਂ ਬਾਅਦ ਚੋਣਾਂ ਆਉਣੀਆਂ ਅਤੇ ਬੜੀ ਵੱਡੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਦੇ MLA ਸਭਾਨ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਰਮਾਣਾ ਸਾਹਿਬ, ਜਿੱਦਾਂ ਕਿ ਸੁਖਬੀਰ ਬਾਦਲ ਪਹਿਲਾਂ ਹੀ ਰੈਲੀਆਂ ਦੇ ਵਿੱਚ ਟਿਕਟਾਂ ਦਾ ਅਨਾਊਂਸ ਕਰਨ ਕਰ ਚੁੱਕੇ ਨੇ ਸਿਲਸਿਲਾ ਸ਼ੁਰੂ, ਤਾਂ ਯੂਥ ਲਈ ਕੀ ਉਮੀਦ ਕੀਤੀ ਜਾਵੇ ਕਿ ਇਸੇ ਤਰ੍ਹਾਂ ਸਟੇਜਾਂ ਤੋਂ ਯੂਥ ਦੀਆਂ ਟਿਕਟਾਂ ਵੀ ਅਨਾਊਂਸ ਹੋਣਗੀਆਂ, ਉਹਨਾਂ ਦੀ ਭਾਗੀਦਾਰੀ ਵਧੇਗੀ ਇਸ ਵਾਰ? ਦੇਖੋ, ਇੱਕ ਗੱਲ ਬੜੀ ਕਲੀਅਰ ਹੈ ਜੀ, ਮੇਰਾ ਆਪਦਾ ਪ੍ਰਿੰਸੀਪਲ ਬੜਾ ਕਲੀਅਰ ਹੈ, ਸਾਡੀ ਟੀਮ ਦਾ ਬੜਾ ਕਲੀਅਰ ਹੈ। ਇੱਕ ਨਾ ਸਮਾਂ ਹੁੰਦਾ ਜਦੋਂ ਇਹ ਨਹੀਂ ਵੇਖਣਾ ਚਾਹੀਦਾ ਕਿ ਤੁਹਾਡੇ ਵਾਸਤੇ ਪਾਰਟੀ ਕੀ ਕਰੂਗੀ, ਇਹ ਵੇਖਣ ਦੀ ਲੋੜ ਹੈ ਕਿ ਤੁਸੀਂ ਪਾਰਟੀ ਵਾਸਤੇ ਕੀ ਕਰ ਸਕਦੇ ਹੋ। ਮੈਂ ਜੌਨ ਐਫ ਕੈਨੇਡੀ ਦੀ ਇੱਕ ਕੋਟ ਸੀਗੀ ਜਿਹੜੀ ਮੈਂ ਹਮੇਸ਼ਾ ਆਪਦੇ ਮੇਜ਼ ਦੇ ਵਿੱਚ ਪਾ ਕੇ ਰੱਖਦਾ, ਉਹਨੇ ਕਿਹਾ ਸੀ, ਆਸਕ ਨੋਟ ਵਾਟ ਯੋਰ ਕੰਟਰੀ ਕੈਨ ਡੂ ਫੋਰ ਯੂ ਬਟ ਵਾਟ ਯੂ ਕੈਨ ਡੂ ਫੋਰ ਯੋਰ ਕੰਟਰੀ। ਅੱਜ ਵੇਲਾ ਹੈ, ਜਿਸ ਤਰ੍ਹਾਂ ਦੇ ਹਾਲਾਤ ਪੰਜਾਬ 'ਚ ਬਣੇ ਹੋਏ ਹੈ, ਜਿਸ ਤਰ੍ਹਾਂ ਦੀ ਲੁੱਟ ਦੀ ਸਰਕਾਰ ਇਹ ਚੱਲ ਰਹੀ ਹੈ, ਜਿਸ ਤਰ੍ਹਾਂ ਨਾਲ ਝੂਠੇ ਪਰਚੇ ਕੀਤੇ ਜਾ ਰਹੇ ਹੈ, ਅੱਜ ਵੇਲਾ ਪੰਜਾਬ ਦੇ ਨੌਜਵਾਨਾਂ ਨੂੰ ਇਕੱਤਰ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ। ਅਤੇ ਇਹ ਅਸੀਂ ਪੁੱਛਦੇ ਹਾਂ ਅੱਜ ਪ੍ਰਧਾਨ ਸਾਹਿਬ ਨੂੰ ਕਿ ਸਾਡੀ ਜ਼ਿੰਮੇਵਾਰੀ ਲਾਓ, ਜਿੱਥੇ ਲਾਉਣੇ ਹੋ ਅਸੀਂ ਤਕੜੇ ਹੋ ਕੇ ਨਿਭਾਵਾਂਗੇ। ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਅਤੇ ਪਾਰਟੀ 'ਚ ਬਾਦਲ ਸਾਹਿਬ ਨੇ, ਮੁੜ ਕੇ ਮਜੀਠੀਆ ਸਾਹਿਬ ਪ੍ਰਧਾਨ ਬਣੇ, ਮਜੀਠੀਆ ਸਾਹਿਬ ਨੇ ਬੜਾ ਵੱਡਾ ਮਾਣ ਸਤਿਕਾਰ ਪੰਜਾਬ ਦੇ ਨੌਜਵਾਨਾਂ ਨੂੰ ਆਲਰੇਡੀ ਪਾਰਟੀ 'ਚ ਅਤੇ ਸਰਕਾਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ 'ਚ ਦਿੱਤਾ ਹੋਇਆ। ਪਰ ਜਿਸ ਤਰ੍ਹਾਂ ਹੁਣ 117 ਹਲਕਿਆਂ ਦੇ ਵਿੱਚ ਚੋਣ ਲੜੂਗੀ ਕਿਉਂਕਿ ਬੀਜੇਪੀ ਨਾਲ ਗਠਜੋੜ ਟੁੱਟ ਚੁੱਕਾ ਹੈ, ਤਾਂ ਲੱਗਦਾ ਹੈ ਕਿ ਯੂਥ ਫਿਰ ਵੀ ਤੁਸੀਂ ਯੂਥ ਦੇ ਪ੍ਰੈਜ਼ੀਡੈਂਟ ਹੋ ਕੇ ਯੂਥ ਨੂੰ ਮੌਕਾ ਜ਼ਿਆਦਾ ਮਿਲੇਗਾ? ਦੇਖੋ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿਤਾ, ਯੂਥ ਨੂੰ ਮੌਕਾ ਪਹਿਲਾਂ ਰੈਲੀਆਂ 'ਚ ਅਤੇ ਰੋਡ ਸ਼ੋਆਂ 'ਚ ਵਰਤਿਆ ਜਾਂਦਾ ਸੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਵਿੱਚ ਅਤੇ ਸਰਕਾਰ 'ਚ ਡਿਸੀਜਨ ਮੇਕਿੰਗ ਪ੍ਰੋਸੈਸ ਦਾ ਹਿੱਸਾ ਬਣਾਇਆ ਪੰਜਾਬ ਦੇ ਨੌਜਵਾਨਾਂ ਨੂੰ, ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਉਹਨਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਫੈਸਲੇ ਹੋਣ ਲੱਗੇ। ਯੂਥ ਦੀ ਜਿਹੜੀ ਪਾਪੂਲੇਸ਼ਨ ਹੈ, 60% ਪਾਪੂਲੇਸ਼ਨ ਹੈ, ਸੋ ਬੜੀ ਵੱਡੀ ਗਿਣਤੀ 'ਚ ਯੂਥ ਪਹਿਲਾਂ ਵੀ ਰਿਪ੍ਰਜੈਂਟਡ ਹੈ ਸ਼੍ਰੋਮਣੀ ਅਕਾਲੀ ਦਲ 'ਚ, ਅਤੇ ਆਉਣ ਵਾਲੇ ਦਿਨਾਂ 'ਚ ਵੀ ਪ੍ਰਧਾਨ ਸਾਹਿਬ ਜ਼ਰੂਰ ਕਰਨਗੇ ਜੀ। SGPC ਦਾ ਇਜਲਾਸ ਆ ਰਿਹਾ, ਯੂਥ ਲਈ ਕੁਛ ਉਮੀਦ ਕਰਦੇ ਹੋ ਕਿ SGPC ਦੇ ਇਜਲਾਸ 'ਚ ਵੀ ਕੋਈ ਨਵੇਂ ਇੰਸਟੀਟਿਊਸ਼ਨ ਜਾਂ ਐਜੂਕੇਸ਼ਨਲ ਅਦਾਰੇ ਜਾਂ ਕੁਛ ਹੋਰ ਯੂਥ ਲਈ, ਪੰਜਾਬ ਦੇ ਯੂਥ ਲਈ ਨਿਕਲ ਕੇ ਆਵੇ? ਦੇਖੋ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇੱਕ ਇੰਡੀਪੈਂਡੈਂਟ ਐਂਟੀਟੀ ਹੈ, ਸਾਡਾ ਉਹਦੇ ਵਿੱਚ ਧਾਰਮਿਕ ਖੇਤਰ ਦੇ ਵਿੱਚ ਦਖਲ ਦੇਣਾ ਕੋਈ ਬਣਦਾ ਨਹੀਂ। ਉਮੀਦ ਠੀਕ ਹੈ, ਸਾਡੇ ਸੀਨੀਅਰ ਹੈ, ਬੀਬੀ ਜਗੀਰ ਕੌਰ ਜੀ ਪ੍ਰੈਜ਼ੀਡੈਂਟ ਹੈ, ਜੋ ਕੋਈ ਸਾਡੇ ਯੂਥ 'ਚੋਂ ਕੋਈ ਚੰਗੀ ਸਲਾਹ ਆਈ ਤਾਂ ਬੀਬੀ ਜੀ ਨੂੰ ਜ਼ਰੂਰ ਦੇਵਾਂਗੇ, ਅਤੇ ਮੈਨੂੰ ਇਸ ਗੱਲ ਦਾ ਵੀ ਵਿਸ਼ਵਾਸ ਹੈ ਜਿਵੇਂ ਬੀਬੀ ਜੀ ਸਾਨੂੰ ਸਾਰਿਆਂ ਨੂੰ ਪਿਆਰ ਕਰਦੇ ਆ, ਜੇ ਕੋਈ ਚੰਗੀ ਸਲਾਹ ਹੁੰਦੀ ਆ ਉਹ ਬੜੇ ਰਿਸੈਪਟਿਵ ਵੀ ਆ ਉਸ ਗੱਲ ਨੂੰ। ਅਖੀਰਲਾ ਸਵਾਲ ਹੈ,
सियासियां दे हमेशा जिहड़ी अकाली दल है निशाने ते रहिंदी है। कहिंदे गुरद्वारा फंड की दुरवरतों हुंदी है, चाहे दिल्ली दीआं चोणां दी गल होवे जां पंजाब दीआं चोणां दी गल होवे, तुसीं इस नूं किस तरां वेखदे हो? देखो गल्लां करनियां बड़ियां सौखियां जी, पर उहनां गल्लां ते वॉक द टॉक, उहनां गल्लां ते चल के उहनां गल्लां नूं साबित करना, अज्ज 4.5 साल दे नेड़े हो गए सरकार बणिया, इल्जाम तां बड़े वड्डे वड्डे लाए सी, नशा तस्करी दे भी लाए सी, होर अनेक इल्जाम लाए सी, अज्ज 4.5 साल हो गए, फड़े तो कांग्रेसी मंत्री ते एमएलए जाई जांदे आ इस काम दे विच, जे कोई इनवॉल्वड है तो फिर फड़न उहनूं, देन परचा अड़ीकदे किस गल नूं है? ये जिहड़ियां बयानबाजियां है ना, ये ऑपोजिशन करती हुंदी है, ये रूलिंग पार्टी नहीं करती हुंदी। रूलिंग पार्टी दे तां हालात तुसीं इत्थों देख लो, अज प्रशांत किशोर अर्गा बंदा बिहार तों आके, एक बिहार दा बंदा जिहदा पंजाब च ना चाचा ना ताया ना मामा ना फुफड़ ना नानके ना दादके ना लैणा ना देणा, अज ओ पंजाब दे एमएलएआं नूं सद के उहनां दीआं टिकटां दा फैसला कर रहा है, उहनां दी काबलीयत दी जांच कर रहा है, जिन्हें कदे शायद पंजाब च अज तों पहलां पैर नहीं पाया सी, ते फिर जाखड़ साहब होरी बैठे की करदे आ? रेवड़ियां खाण ते रखे आ? कोई माड़ी मोटी गैरत होवे, अणख होवे पंजाबियां वाली, अणख तां वैसे उहनां दी पता है, ਭਗੌੜੇ ਹੋ ਕੇ ਅਬੋਹਰ ਤੋਂ 250 ਕਿਲੋਮੀਟਰ ਗੁਰਦਾਸਪੁਰ ਭੱਜ ਗਏ ਸੀ, ਪਰ ਫਿਰ ਵੀ ਜੇ ਕੋਈ ਮਾੜੀ ਮੋਟੀ ਕਿਣਕਾ ਅਣਖ ਦਾ ਉਹਨਾਂ ਦੇ ਵਿੱਚ ਹੈਗਾ ਤਾਂ ਅਸਤੀਫਾ ਦੇ ਦੇਣਾ ਚਾਹੀਦਾ ਉਹਨਾਂ। ਥੈਂਕ ਯੂ ਵੈਰੀ ਮੱਚ।